ਸਰੇਨ ਸਤਿ ਸ਼੍ਰੀ ਅਕਾਲ ਜੀ ਪਰਮ ਜੀ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਬਹੁਤ ਹੈਲਦੀ ਜਿਹਾ ਨਾਸ਼ਤਾ ਕਹਿ ਲਓ ਉਹਨੂੰ ਜਾਂ ਕਿ ਥੋੜ੍ਹੀ ਬਹੁਤੀ ਵੈਸੇ ਭੁੱਖ ਹੋਵੇ ਤਾਂ ਆਪਾਂ ਬਣਾ ਲਈਏ ਤਾਂ ਬਹੁਤ ਵਧੀਆ ਜਿਹੜਾ ਕਿ ਮੈਂ ਬਣਾ ਰਹੀ ਹਾਂ ਮਿੱਠਾ ਦਲੀਆ ਜਿਹੜਾ ਆਪਾਂ ਫਾਈਬਰ ਯੁਕਤ ਹੈ ਅਤੇ ਹਜ਼ਮ ਬਹੁਤ ਜਲਦੀ ਹੁੰਦਾ ਛੋਟੇ ਬੱਚਿਆਂ ਨੂੰ ਵੀ ਦਿੱਤਾ ਜਾਂਦਾ ਜਿਵੇਂ ਛੋਟੇ ਬੇਬੀ ਹੁੰਦੇ 6 ਮਹੀਨਿਆਂ ਦੇ ਤਾਂ ਉਦੋਂ ਕੁਛ ਨਾ ਕੁਛ ਡਾਕਟਰ ਦੱਸਦਾ ਹੁਣ ਇਹਨੂੰ ਖਾਣ ਲਈ ਦਿਓ ਤਾਂ ਉਹਨੂੰ ਆਪਾਂ ਦਲੀਆ ਦਾਲ ਦਾ ਪਾਣੀ ਮਿੱਧਿਆ ਹੋਇਆ ਕੇਲਾ ਅਤੇ ਮੈਸ਼ ਕਰਕੇ ਖਵਾ ਦਿੰਦੇ ਹਾਂ ਉਸ ਤਰ੍ਹਾਂ ਦੀ ਚੀਜ਼ ਇਹ ਹੈ ਜਿਹੜੀ ਜਿਹਨੂੰ ਵੱਡੇ ਛੋਟੇ ਸਾਰੇ ਹੀ ਖਾ ਲੈਂਦੇ ਆ ਤਾਂ ਆਓ ਫਿਰ ਆਪਾਂ ਬਣਾਈਏ ਮਿੱਠਾ ਦਲੀਆ ਮਿੱਠੇ ਦਲੀਏ ਵਾਸਤੇ ਆਪਾਂ 1 ਲੀਟਰ ਦੁੱਧ ਲਿਆ 1 ਲੀਟਰ ਦੁੱਧ ਹੈ ਔਰ 1 ਕੱਪ ਹੈਗਾ ਆਪਣੇ ਕੋਲ ਦਲੀਏ ਦਾ 1.25 ਕੱਪ ਹੈਗਾ ਆਪਣੇ ਕੋਲ ਚੀਨੀ ਦਾ 4 ਇਲਾਇਚੀਆਂ ਲਈਆਂ ਅਤੇ ਥੋੜ੍ਹੇ ਜਿਹੇ ਕਾਜੂ ਲਏ ਆ ਟੁਕੜਾ ਕਾਜੂ ਸੀ ਉਹਨਾਂ ਨੂੰ ਉਸ ਤੋਂ ਵੀ ਛੋਟੇ ਕਰ ਲਿਆ ਮੈਂ 2.5 ਚਮਚ ਹੈਗਾ ਘਿਓ ਹੈ ਔਰ ਥੋੜ੍ਹੇ ਜਿਹੇ ਹੈਗੇ ਲਏ ਆ ਆਪਾਂ ਦਾਖਾਂ ਕਿਸ਼ਮਿਸ਼ ਅਤੇ ਪਿੰਚ ਔਫ ਲਿਆ ਨਮਕ ਨਮਕ ਹੈ ਜਿਹੜਾ ਚੀਨੀ ਨਾਲ ਮਿਲ ਕੇ ਤਾਂ ਮਿੱਠਾ ਨਮਕੀਨ ਥੋੜ੍ਹਾ ਜਿਹਾ ਟੇਸਟ ਜਿਹਾ ਬਹੁਤ ਵਧੀਆ ਜਾ ਅਜਵਾਇਨ ਅਜਵਾਇਨ ਜਾਂ ਆਪਾਂ ਇਲਾਇਚੀਆਂ ਦੇ ਵਿੱਚੋਂ 1 ਚੀਜ਼ ਪਾਵਾਂਗੇ ਪਰ ਮੈਂ ਅਜਵਾਇਨ ਪਾ ਕੇ ਖੁਸ਼ ਹਾਂ ਕਿਉਂਕਿ ਅਜਵਾਇਨ ਨਾਲ ਇੱਦਾਂ ਦਲੀਏ ਦਾ ਟੇਸਟ ਇੰਨਾ ਨਿਖਰ ਕੇ ਆਉਂਦਾ ਬਹੁਤ ਜ਼ਿਆਦਾ ਸਭ ਤੋਂ ਪਹਿਲਾਂ ਆਪਾਂ ਕੜਾਹੀ ਦੇ ਵਿੱਚ ਆਪਾਂ 1 ਚਮਚ ਕੁ ਦੇ ਨੇੜ ਘਿਓ ਪਾਵਾਂਗੇ ਜਦੋਂ ਘਿਓ ਆਪਣਾ ਗਰਮ ਜਿਹਾ ਹੋ ਗਿਆ ਤਾਂ ਫਿਰ ਆਪਾਂ ਕਾਜੂ ਥੋੜ੍ਹੇ ਜਿਹੇ ਇਹਨੂੰ ਰੋਸਟ ਕਰ ਲਾਂਗੇ ਕਿਉਂਕਿ ਭੁੱਜੇ ਹੋਏ ਨਾ ਫਰਾਈ ਕੀਤੇ ਦੇ ਘਿਓ ਦੇ ਵਿੱਚ ਫਰਾਈ ਕੀਤੇ ਡਰਾਈ ਫਰੂਟ ਦਾ ਜਿਹੜਾ ਟੇਸਟ ਆਉਂਦਾ ਉਹ ਜ਼ਿਆਦਾ ਵਧੀਆ ਆਉਂਦਾ ਹੈ ਜਦੋਂ ਇਹ ਭੁੱਜੇ ਖੜੇ ਆ ਤਾਂ ਫਿਰ ਆਪਾਂ ਵਿੱਚ ਪਾ ਦਾਂਗੇ ਕਿਸ਼ਮਿਸ਼ ਜਿਹੜਾ ਕਿ ਉਹ ਆਪਣੇ ਕੋਲ 1.5 ਚਮਚ ਹੈਗਾ ਇਹ ਆ ਆਪਾਂ ਹੋਰ ਨਹੀਂ ਪਾਵਾਂਗੇ ਇਹਦੇ ਵਿੱਚ ਆਪਾਂ ਦਲੀਆ ਭੁੰਨ ਲਾਂਗੇ ਦਲੀਆ ਜਿਹੜਾ ਹੁੰਦਾ ਇਹ ਕਣਕ ਦਾ ਬਣਿਆ ਹੁੰਦਾ ਅਤੇ ਕਣਕ ਦਾ ਜਿਹੜਾ ਹੁੰਦਾ ਛਿਲਕੇ ਵਾਲੀ ਕਣਕ ਹੁੰਦੀ ਹੈ ਜਿਹਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਜਿਹੜਾ ਖਾਧਾ ਹੋਇਆ ਸਿਹਤ ਵਾਸਤੇ ਬਹੁਤ ਵਧੀਆ ਹੁੰਦਾ ਥੋੜ੍ਹਾ ਜਿਹਾ ਹਲਕਾ ਜਿਹਾ ਆਪਾਂ ਭੁੰਨ ਲਵਾਂਗੇ ਇਹਨੂੰ ਆਪਾਂ ਨੂੰ ਹੁਣ ਮੀਡੀਅਮ ਆਂਚ ਤੇ ਭੁੰਨਦਿਆਂ ਨੂੰ ਹੋ ਗਿਆ 1.5 ਕੁ ਮਿੰਟ ਬਹੁਤ ਸੋਹਣੀ ਸੋਹਣੀ ਜਿਹੀ ਖੁਸ਼ਬੂ ਆਉਣ ਲੱਗ ਗਈ ਹਲਕਾ ਜਿਹਾ ਇਹਦਾ ਕਲਰ ਹੈ ਜਿਹੜਾ ਉਹ ਹਲਕਾ ਜਿਹਾ ਚੇਂਜ ਹੋਣ ਦੇਵਾਂਗੇ ਬਾਹਲਾ ਆਪਾਂ ਭੁੰਨਾਂਗੇ ਨਹੀਂ ਜ਼ਿਆਦਾ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਣੇ ਕੋਲ 1 ਲੀਟਰ ਦੁੱਧ ਹੈ ਉਹ ਪਾਵਾਂਗੇ ਇਹ ਪਾ ਕੇ ਹੁਣ ਆਪਾਂ ਇਹਨੂੰ ਹਲਕੀ ਮੀਡੀਅਮ ਆਂਚ ਤੇ ਹੀ ਇਹਨੂੰ ਪੱਕਣ ਵਾਸਤੇ ਰੱਖ ਦਾਂਗੇ ਇੱਕ ਵਾਰੀ ਉਬਾਲਾ ਆਉਣ ਵਾਸਤੇ ਤਾਂ ਆਪਾਂ ਫੁੱਲ ਕਰ ਦਾਂਗੇ ਗੈਸ ਦੀ ਫਲੇਮ ਫਿਰ ਜਦੋਂ ਉਬਾਲਾ ਆ ਜਾਊਗਾ ਉਦੋਂ ਆਪਾਂ ਮੀਡੀਅਮ ਤੇ ਕਰ ਦਾਂਗੇ ਹੋਰ ਆਪਾਂ ਢੱਕ ਦਾਂਗੇ ਵਿੱਚ ਵਿੱਚ ਦੀ ਆਪਾਂ ਚੁੱਕ ਕੇ ਢੱਕਣ ਵੇਖਦੇ ਰਵਾਂਗੇ ਕਿ ਉਬਾਲਾ ਆਉਣ ਵਾਲਾ ਕਿ ਨਹੀਂ ਦੁੱਧ ਨੂੰ ਉਬਾਲਾ ਆਪਣੇ ਨੂੰ ਆ ਚੁੱਕਿਆ ਹੁਣ ਇਹਨੂੰ ਆਪਾਂ ਮੱਠੀ ਮੱਠੀ ਅੱਗ ਤੇ ਪਕਾਵਾਂਗੇ ਥੋੜ੍ਹਾ ਜਿਹਾ ਉੱਤੋਂ ਢੱਕਣਾ ਥੋੜ੍ਹਾ ਜਿਹਾ ਆਪਾਂ ਸਾਈਡ ਤੋਂ ਦਿਸਦਾ ਹੋਇਆ ਰੱਖਾਂਗੇ ਜਿਹੜਾ ਆਪਾਂ ਨੂੰ ਪਤਾ ਲੱਗਦਾ ਰਹੇ
ਹੁਣ ਜਿਹੜਾ ਦਲੀਆ ਅੱਗੇ ਨਾਲੋਂ ਆਪਣਾ ਥਿੱਕ ਹੋ ਚੁੱਕਿਆ, ਅੱਗੇ ਨਾਲੋਂ ਦੁੱਧ ਥੋੜ੍ਹਾ ਜਿਹਾ ਸੁੱਕ ਚੁੱਕਿਆ, ਮਤਲਬ ਦਲੀਏ ਨੇ ਸੁੱਕ ਲਿਆ, ਤਾਂ ਹੁਣ ਇਹਦੇ ਵਿੱਚ ਆਪਾਂ ਥੋੜ੍ਹੇ ਜਿਹੇ ਆਪਾਂ ਰੱਖ ਲਵਾਂਗੇ ਉੱਪਰੋਂ ਗਾਰਨਿਸ਼ ਕਰਨ ਵਾਸਤੇ। ਇਹਦੇ ਵਿੱਚ ਛੋਟਾ ਅੱਧਾ ਚਮਚ ਅਜਵਾਇਣ ਦਾ ਲੈ ਕੇ ਉਹਨੂੰ ਆਪਾਂ ਮਸਲ ਕੇ ਤੇ ਵਿੱਚ ਪਾਵਾਂਗੇ। ਇਹਦੇ ਨਾਲ ਇੰਨਾ ਵਧੀਆ ਟੇਸਟ ਆਉਂਦਾ ਹੈ ਨਾ ਦੂਸਰੇ ਦਾ ਦਲੀਏ ਦਾ, ਵੀ ਬਹੁਤ ਵਧੀਆ ਇਸ ਤਰ੍ਹਾਂ ਲੱਗਦਾ ਹੈ, ਪਤਾ ਨਹੀਂ ਕੋਈ ਸੀਕਰੇਟ ਮਸਾਲਾ ਪਾਇਆ ਹੋਇਆ। ਮੱਧਮ ਆਂਚ ਤੇ ਹਜੇ ਇਹਨੂੰ ਆਪਾਂ ਹੋਰ ਥੋੜਾ ਜਿਹਾ ਹੋਰ ਥਿੱਕ ਕਰਾਂਗੇ। ਮੈਨੂੰ ਪਕਾਉਂਦੀ ਨੂੰ 10 ਮਿੰਟ ਹੋ ਚੁੱਕੇ ਆ ਮੱਠੀ ਮੱਠੀ ਅੱਗ ਤੇ, ਇਹਨੂੰ ਆਪਾਂ ਹਜੇ ਹੋਰ ਥੋੜਾ ਜਿਹਾ ਹੋਰ ਪਕਾਵਾਂਗੇ। ਅਗਰ ਜੇ ਆਪਾਂ ਨੂੰ ਇਸ ਤਰ੍ਹਾਂ ਲੱਗੇ ਵੀ ਆਪਣਾ ਦੁੱਧ ਥੋੜਾ ਲੱਗਦਾ, ਤਾਂ ਆਪਣਾ ਦਲੀਆ ਹਜੇ ਪੂਰੀ ਤਰ੍ਹਾਂ ਵਧੀਆ ਮਿਕਸ ਨਹੀਂ ਹੋਇਆ ਗਾ, ਤਾਂ ਆਪਾਂ ਕੋਈ ਅੱਧਾ ਗਲਾਸ ਦੁੱਧ ਦਾ ਹੋਰ ਵੀ ਪਾ ਸਕਦੇ ਹਾਂ। ਪਰ ਮੈਂ ਮਿਣ ਕੇ 1 ਲੀਟਰ ਨਹੀਂ ਸੀ ਲਿਆ, ਮੈਂ ਵੈਸੇ ਹੀ ਪਾ ਲਿਆ ਸੀ ਅੰਦਾਜ਼ੇ ਜੇ 1 ਲੀਟਰ ਦੇ ਨੇੜੇ, ਦੁੱਧ ਮੇਰਾ ਥੋੜ੍ਹਾ ਹੈ ਹੀ ਜ਼ਿਆਦਾ ਸੀਗਾ। ਹੁਣ ਦਲੀਆ ਆਪਣਾ ਅੱਗੇ ਨਾਲੋਂ ਵੀ ਥੋੜ੍ਹਾ ਜਿਹਾ ਥਿੱਕ ਹੋ ਗਿਆ, ਇਹਦੇ ਵਿੱਚ ਜਿਹੜਾ ਆਪਾਂ ਪਿੰਚ ਆਫ ਨਮਕ ਲਿਆ ਸੀ ਉਹ ਪਾਵਾਂਗੇ ਅਤੇ ਚੀਨੀ ਮਿਕਸ ਕਰਾਂਗੇ। ਚੀਨੀ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਘੱਟ ਵੱਧ ਵੀ ਕਰ ਸਕਦੇ ਹੋ। ਹੁਣ ਇਹਨੂੰ ਆਪਾਂ 5 ਕੁ ਮਿੰਟ ਹੋਰ ਆ ਇਹਨੂੰ ਪਕਾਇਆ ਚੀਨੀ ਪਾ ਕੇ, ਹੁਣ ਇਹਨੂੰ ਆਪਾਂ ਗੈਸ ਦੀ ਫਲੇਮ ਕਰਾਂਗੇ ਆਫ। ਬਚੇ ਹੋਏ ਜਿਹੜੇ ਸੀਗੇ ਕਾਜੂ ਤੇ ਕਿਸ਼ਮਿਸ਼, ਉਹਨਾਂ ਨਾਲ ਮੈਂ ਗਾਰਨਿਸ਼ ਕੀਤਾ। ਲਓ ਜੀ, ਹੈਲਦੀ ਦਲੀਆ ਬਣ ਕੇ ਜਿਹੜਾ ਰੈਡੀ ਹੈ ਆਪਣੇ ਕੋਲ, ਇਹਨੂੰ ਤੁਸੀਂ ਆਪ ਵੀ ਬਣਾਉਣਾ, ਆਪਦੀ ਫੈਮਿਲੀ ਨੂੰ ਖਿਲਾਉਣਾ, ਔਰ ਫਿਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਵੀ ਤੁਹਾਡਾ ਦਲੀਆ ਕਿਸ ਤਰ੍ਹਾਂ ਦਾ ਬਣਿਆ। ਔਰ ਮੇਰੀ ਵੀਡੀਓ ਨੂੰ ਸ਼ੇਅਰ ਕਰਨਾ, ਲਾਈਕ ਕਰਨਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਮੇਰੀ ਵੀਡੀਓ ਦੇ ਨੀਚੇ ਜੋ ਰੈੱਡ ਬਟਨ ਆ ਰਿਹਾ ਉਹਨੂੰ ਦਬਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਔਰ ਨਾਲ ਬੈੱਲ ਆਈਕਨ ਜ਼ਰੂਰ ਦਬਾ ਦੇਣਾ, ਤਾਂ ਕਿ ਮੇਰੀ ਆਉਣ ਵਾਲੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਪਹੁੰਚ ਸਕੇ। ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ।